ਮੈਂ ਸਰਵਪੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨ ਸਖਤਰ ਬੋਲਦਾ ਜੀ ਅੱਜ ਕਮਨਤਰੀ ਪੱਦਰ ਤੇ ਔਰਤਾਂ ਦਾ ਦਿਹਾੜਾ ਵਾ ਔਰ ਇਹ ਦਿਹਾੜਾ ਇੱਕ ਦਿਨ ਨਹੀਂ ਹੋਣਾ ਚਾਹੀਦਾ ਔਰਤਾਂ ਦਾ ਸਾਰਾ ਸਾਲ ساری ਉਮਰ ਪਰ ਮਨਾਇਆ ਜਾਣਾ ਚਾਹੀਦਾ ਜਿੰਨਾ ਚਿਰ ਔਰਤਾਂ ਹਰ ਖੇਤਰ ਦੇ ਵਿੱਚ ਬਰਾਬਰੀ ਦੀ ਭੂਮਿਕਾ ਚ ਨਾ ਆਈਆਂ ਚਾਹੇ ਉਹ ਸਾਡਾ ਆਰਥਿਕ ਖੇਤਰ ਆ ਰਾਜਨੀਤਿਕ ਖੇਤਰ ਆ ਸਮਾਜਿਕ ਖੇਤਰ ਆ ਉਨਾ ਚਿਰ ਭਾਰਤੀ ਉਪਮਹਾਦੀਪ ਦੀ ਤਰੱਕੀ ਸੰਭਵ ਨਹੀਂ ਹੈਗੀ ਔਰ ਜੇ ਸਮੇਂ ਸਰਕਾਰਾਂ ਗਲੋਬਲਾਈਜੇਸ਼ਨ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਲਾਗੂ ਕਰ ਰਹੀਆਂ ਨੇ ਔਰ ਉਹਦੇ ਵਿੱਚ ਔਰਤ ਨੂੰ ਇੱਕ ਵਸਤੂ ਦੇ ਰੂਪ ਵਿੱਚ ਪੇਸ਼ਤੁਤ ਕੀਤਾ ਜਾ ਰਿਹਾ ਜਿੱਥੇ ਅੰਦੋਲਨ ਬਹੁਤ ਵੱਡੇ ਪੱਧਰ ਤੇ ਹੋਣ ਦੀਆਂ ਸੰਭਾਵਨਾ ਨੇ ਪਹਿਲੇ ਕਿਸਾਨ ਅੰਦੋਲਨ ਵਿੱਚ ਵੀ ਔਰਤਾਂ ਦੀ ਭੂਮਿਕਾ ਮੇਨ ਭੂਮਿਕਾ ਰਹੀ ਹੈ ਜਿੰਨੀ ਦੇਰ ਤੱਕ ਅਸੀਂ ਔਰਤਾਂ ਨੂੰ ਲਾਮਬੰਦ ਨਹੀਂ ਕਰਦੇ ਸ਼ੰਗਰਸ਼ਾ ਵਿੱਚ ਔਰਤਾਂ ਆਉਂਦੀਆਂ ਨਹੀਂ ਹੈਗੀਆਂ ਉਹਨਾਂ ਚਿਰ ਇੱਥੇ ਕੋਈ ਚੰਗਾ ਰਾਜ ਪ੍ਰਬੰਧ ਸਥਾਪਿਤ ਨਹੀਂ ਹੋ ਸਕਦਾ ਤਾਂ ਜਿਹੜੀ ਸਾਡੇ ਸਮਾਜ ਦੀ ਪਿਤਰੀ ਸੋਜ ਆ ਮਰਦ ਪ੍ਰਧਾਨ ਸਮਾਜ ਆ ਇਹ ਇਹਨੂੰ ਤਿਆਗ ਕਰਕੇ ਮਾਨਸਿਕ ਤੌਰ ਤੇ ਔਰਤ ਨੂੰ ਇੱਜ਼ਤ ਮਾਨ ਸਨਮਾਨ ਦੇਣਾ ਪੈਣਾ ਔਰ ਹਰ ਖੇਤਰ ਤੇ ਉਹਨੂੰ ਬਰਾਬਰੀ ਤੇ ਲਿਆਉਣਾ ਪੈਣਾ ਤਾਂ ਹੀ ਸੰਭਵ ਆ ਇਸ ਸਮਾਜ ਦਾ ਵਿਕਾਸ ਇਸ ਕਰਕੇ ਅੱਜ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਔਰਤਾਂ ਦੀ ਵੱਡੀ ਕਨਵੈਨਸ਼ਨ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਇਹਦੇ ਨਾਲ ਜਿਹੜੀਆਂ ਹੁਣ ਅੰਤਰ ਚੋਣਾਂ ਖਤਮ ਹੋ ਗਈਆਂ ਤੇ ਕਮੰਤਰੀ ਪਦ ਤੇ ਤੇਲ ਦੀਆਂ ਕੀਮਤਾਂ ਵਧੀਆਂ ਉਹਦਾ ਬਹਾਨਾ ਵੀ ਆ ਸੋ ਕੇਂਦਰ ਸਰਕਾਰ ਕਿਸੇ ਵੇਲੇ ਵੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾ ਸਕਦੀ ਆ ਕਿਸਾਨਾਂ ਮਜ਼ਦੂਰਾਂ ਦੇ ਹਾਲਾਤ ਪਹਿਲਾਂ ਬੁਰੇ ਨੇ ਇਹਦੇ ਨਾਲ ਹੋਰ ਹਾਲਾਤ ਬੁਰੇ ਹੋ ਸਕਦੇ ਆ ਚਾਹੀਦਾ ਕੇਂਦਰ ਸਰਕਾਰ ਨੂੰ ਵੀ ਆਪਣੇ ਟੈਕਸ ਲਾਏ ਉਹ ਘੱਟ ਕਰੇ ਜੇ ਇਹਦੀ ਲੋੜ ਸਮਝਦੇ ਹੈਗੇ ਅਤੇ ਉਹ ਦੂਸਰਾ ਨਾਲ ਦੀ ਨਾਲ ਐਮਐਸਬੀ ਗਰੰਟੀ ਕਾਨੂੰਨ ਤੇ ਹੋਰ ਜਿਹੜੇ ਵਾਦੇ ਕੀਤੇ ਸੀ ਉਹਨਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਪਖੜਾ ਵਿਆਸ ਮੈਨੇਜਮੈਂਟ ਦੇ ਵਿੱਚੋਂ ਜਿਹੜਾ ਪੰਜਾਬ ਤੇ ਹਰਿਆਣਾ ਦੀ ਹਿੱਸੇਦਾਰੀ ਖਤਮ ਕੀਤੀ ਆ ਉਹ ਫੈਸਲਾ ਕੇਂਦਰ ਸਰਕਾਰ ਤੁਰੰਤ ਜਿਹੜਾ ਉਹ ਵਾਪਸ ਲਏ ਧੰਨਵਾਦ ਮੈਂ ਸਰਵੰਤ ਸਿੰਘ ਭੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨ ਸਿਕਾਤਰ ਬੋਲਦਾ ਜੀ ਅੱਜ ਕ ਮੰਤਰੀ ਪਦਰ ਤੇ ਔਰਤਾਂ ਦਾ ਦਿਹਾੜਾ ਵਾ ਔਰ ਇਹ ਦਿਹਾੜਾ ਇੱਕ ਦਿਨ ਨਹੀਂ ਹੋਣਾ ਚਾਹੀਦਾ ਔਰਤਾਂ ਦਾ ਸਾਰਾ ਸਾਲ ساری ਉਮਰ ਪਰ ਮਨਾਇਆ ਜਾਣਾ ਚਾਹੀਦਾ ਜਿੰਨਾ ਚਿਰ ਔਰਤਾਂ ਹਰ ਖੇਤਰ ਦੇ ਵਿੱਚ ਬਰਾਬਰੀ ਦੀ ਭੂਮਿਕਾ ਚ ਨਾ ਆਈਆਂ ਚਾਹੇ ਉਹ ਸਾਡਾ ਆਰਥਿਕ ਖੇਤਰ ਆ ਰਾਜਨੀਤਿਕ ਖੇਤਰ ਆ ਸਮਾਜਿਕ ਖੇਤਰ ਆ ਉਹਨਾਂ ਚਿਰ ਭਾਰਤੀ ਉਪਮਹਾਦੀਪ ਦੀ ਤਰੱਕੀ ਸੰਭਵ ਨਹੀਂ ਹੈਗੀ ਔਰ ਜੇ ਇਸ ਸਮੇਂ ਸਰਕਾਰਾਂ ਗਲੋਬਲਾਈਜੇਸ਼ਨ ਦੀਆਂ ਕਾਰਪੋਰੇਟ ਕਰਾਣਿਆਂ ਦੀਆਂ ਨੀਤੀਆਂ ਲਾਗੂ ਕਰ ਰਹੀਆਂ ਨੇ ਔਰ ਉਹਦੇ ਵਿੱਚ ਔਰਤ ਨੂੰ ਇੱਕ ਵਸਤੂ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਜਾ ਰਿਹਾ ਜਿੱਥੇ ਅੰਦੋਲਨ ਬਹੁਤ ਵੱਡੇ ਪੱਧਰ ਤੇ ਹੋਣ ਦੀਆਂ ਸੰਭਾਵਨਾ ਨੇ ਪਹਿਲੇ ਕਿਸਾਨ ਅੰਦੋਲਨ ਵਿੱਚ ਵੀ ਔਰਤਾਂ ਦੀ ਭੂਮਿਕਾ ਮੇਨ ਭੂਮਿਕਾ ਰਹੀ ਹੈ ਜਿੰਨੀ ਦੇਰ ਤੱਕ ਅਸੀਂ ਔਰਤਾਂ ਨੂੰ ਲਾਮਬੰਦ ਨਹੀਂ ਕਰਦੇ ਸੰਘਰਸ਼ਾਂ ਵਿੱਚ ਔਰਤਾਂ ਆਉਂਦੀਆਂ ਨਹੀਂ ਹੈਗੀਆਂ ਉਹਨਾਂ ਚਿਰ ਇੱਥੇ ਕੋਈ ਚੰਗਾ ਰਾਜ ਪ੍ਰਬੰਧ ਸਥਾਪਿਤ ਨਹੀਂ ਹੋ ਸਕਦਾ ਤੋ ਜਿਹੜੀ ਸਾਡੇ ਸਮਾਜ ਦੀ ਪਿਤਰੀ ਸੋਜ ਆ ਮਰਦ ਪ੍ਰਧਾਨ ਸਮਾਜ ਆ ਇਹ ਇਹਨੂੰ ਤਿਆਗ ਕਰਕੇ ਮਾਨਸਿਕ ਤੌਰ ਤੇ ਔਰਤ ਨੂੰ ਇੱਜ਼ਤ ਮਾਨ ਸਨਮਾਨ ਦੇਣਾ ਪੈਣਾ ਔਰ ਹਰ ਖੇਤਰ ਤੇ ਉਹਨੂੰ ਬਰਾਬਰ ਤੇ ਲਿਆਉਣਾ ਪੈਣਾ ਤਾਂ ਹੀ ਸੰਭਵ ਆ ਇਸ ਸਮਾਜ ਦਾ ਵਿਕਾਸ ਇਸ ਕਰਕੇ ਅੱਜ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਔਰਤਾਂ ਦੀ ਵੱਡੀ ਕਨਵੈਨਸ਼ਨ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਇਹਦੇ ਨਾਲ ਜਿਹੜੀਆਂ ਹੁਣ ਅੰਤਰ ਚੋਣਾ ਖਤਮ ਹੋ ਗਈਆਂ ਇੱਕ ਮੰਤਰੀ ਪਦਤੇ ਤੇਲ ਦੀਆਂ ਕੀਮਤਾਂ ਵਧੀਆਂ ਉਹਦਾ ਬਹਾਨਾ ਵੀ ਆ ਸੋ ਕੇਂਦਰ ਸਰਕਾਰ ਕਿਸੇ ਵੇਲੇ ਵੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾ ਸਕਦੀ ਆ ਕਿਸਾਨਾਂ ਮਜ਼ਦੂਰਾਂ ਦੇ ਹਾਲਾਤ ਪਹਿਲਾਂ ਬੁਰੇ ਨੇ ਇਹਦੇ ਨਾਲ ਹੋਰ ਹਾਲਾਤ ਬੁਰੇ ਹੋ ਸਕਦੇ ਆ ਚਾਹੀਦਾ ਕੇਂਦਰ ਸਰਕਾਰ ਨੂੰ ਵੀ ਆਪਣੇ ਟੈਕਸ ਲਾਏ ਆ ਉਹ ਘੱਟ ਕਰੇ ਜਿਹਦੀ ਲੋੜ ਸਮਝਦੇ ਹੈਗੇ ਆ ਤੇ ਤੋਂ ਦੂਸਰਾ ਨਾਲ ਦੀ ਨਾਲ ਐਮਐਸਬੀ ਗਰੰਟੀ ਕਾਨੂੰਨ ਤੇ ਹੋਰ ਜਿਹੜੇ ਵਾਦੇ ਕੀਤੇ ਸੀ ਉਹਨਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਪਖੜਾ ਵਿਆਸ ਮੈਨੇਜਮੈਂਟ ਦੇ ਵਿੱਚੋਂ ਜਿਹੜਾ ਪੰਜਾਬ ਤੇ ਹਰਿਆਣੇ ਦੀ ਹਿੱਸੇਦਾਰੀ ਖਤਮ ਕੀਤੀ ਆ ਉਹ ਫੈਸਲਾ ਕੇਂਦਰ ਸਰਕਾਰ ਤੁਰੰਤ ਜਿਹੜਾ ਉਹ ਵਾਪਸ ਲਏ ਧੰਨਵਾਦ